ਸਟਾਫ ਨਰਸ ਦਾ ਪੇਪਰ ਦੇਣ ਆਏ ਵਿਦਿਆਰਥੀਆਂ ਨੇ ਉਸ ਵੇਲੇ ਯੂਨੀਵਰਸਿਟੀ ਦੇ ਬਾਹਰ ਹੰਗਾਮਾ ਕਰ ਦਿੱਤਾ ਜਦੋਂ ਪੇਪਰ ਕੈਂਸਲ ਹੋ ਗਿਆ। ਦਰਅਸਲ ਪਹਿਲਾਂ ਵਿਦਿਆਰਥੀਆਂ ਦਾ ਪੇਪਰ ਹੀ ਲੇਟ ਸ਼ੁਰੂ ਹੋਇਆ ਤੇ ਜਦੋਂ ਸ਼ੁਰੂ ਹੋਇਆ ਤਾਂ ਕੰਪਿਊਟਰ ਵਿੱਚ ਵਿਚਕਾਰ ਬੰਦ ਹੋ ਗਏ, ਜਿਸ ਕਾਰਨ ਵਿਦਿਆਰਥੀਆਂ ਦਾ ਗੁੱਸਾ 7ਵੇਂ ਆਸਮਾਨ ਤੇ ਚੜ ਗਿਆ ਤੇ ਉਹਨਾਂ ਨੇ ਯੂਨੀਵਰਸਿਟੀ ਦੇ ਬਾਹਰ ਆ ਕੇ ਖੂਬ ਹੰਗਾਮਾ ਕੀਤਾ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਦਰਅਸਲ ਇਹ ਸਟਾਫ ਨਰਸ ਦਾ ਪੇਪਰ ਸੀ ਜਿਸ ਨੂੰ ਵਿਦਿਆਰਥੀ ਦੇਣ ਆਏ ਹੋਏ ਸਨ, ਪਰ ਅਚਾਨਕ ਹੀ ਪੇਪਰ ਕੈਂਸਲ ਹੋ ਗਿਆ। ਪੇਪਰ 'ਚ ਹੋਈ ਖੱਜਲ ਖੁਆਰੀ ਕਾਰਨ ਵਿਦਿਆਰਥੀ ਪਰੇਸ਼ਾਨ ਹੋ ਗਏ, ਕਿਉਂਕਿ ਪਹਿਲਾਂ ਲੇਟ ਪੇਪਰ ਸ਼ੁਰੂ ਹੋਇਆ ਤੇ ਵਿਚਕਾਰ ਹੀ ਕੰਪਿਊਟਰ ਬੰਦ ਹੋਣੇ ਸ਼ੁਰੂ ਹੋ ਗਏ। ਖੱਜਲ ਖੁਆਰ ਹੋਣ ਤੋਂ ਬਾਅਦ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਰੇਬਾਜ਼ੀ ਕੀਤੀ। ਮਾਮਲੇ ਨੂੰ ਲੈ ਕੇ ਹੁਣ ਯੂਨੀਵਰਸਿਟੀ ਪ੍ਰਸ਼ਾਸਨ ਦਾ ਵੀ ਬਿਆਨ ਸਾਹਮਣੇ ਆਏ ਤੇ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਰਵਰ ਡਾਊਨ ਹੋਣ ਕਾਰਨ ਪੇਪਰ ਨਹੀਂ ਲਏ ਗਏ ਅਤੇ ਕੱਲ ਨੂੰ ਲਿਆ ਜਾਣ ਵਾਲਾ ਪੇਪਰ ਵੀ ਹੁਣ ਮੁਲਤਵੀ ਕਰ ਦਿੱਤਾ ਗਿਆ। ਦਰਅਸਲ ਬਠਿੰਡਾ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਦੇ ਵੱਲੋਂ ਸਟਾਫ ਨਰਸ ਦਾ ਹੋਣ ਵਾਲਾ ਪੇਪਰ ਕੈਂਸਲ ਹੋ ਗਿਆ। ਬਠਿੰਡਾ 'ਚ ਹੋ ਰਹੇ ਪੇਪਰ ਦੇ ਦੌਰਾਨ ਹੀ ਹੰਗਾਮਾ ਹੋ ਗਿਆ, ਠੀਕ ਸਮੇਂ ਕੰਪਿਊਟਰ ਨਹੀਂ ਚੱਲੇ, ਜਿਸ ਕਾਰਨ ਵਿਦਿਆਰਥੀਆਂ ਦਾ ਗੁੱਸਾ 7ਵੇਂ ਆਸਮਾਨ ਤੇ ਚੜ ਗਿਆ। ਫਿਲਹਾਲ ਇਸ ਮੌਕੇ ਗੁੱਸੇ ਦੇ ਵਿੱਚ ਆਏ ਵਿਦਿਆਰਥੀਆਂ ਨੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਭੜਾਸ ਕੱਢੀ ਤੇ ਇਸ ਮੌਕੇ ਵਿਦਿਆਰਥੀਆਂ ਨੇ ਕੀ ਕੁਝ ਕਿਹਾ ਤੁਸੀਂ ਖੁਦ ਹੀ ਸੁਣੋ। ਸਰ, ਅਸੀਂ ਫਰੀਦਕੋਟ ਤੋਂ ਆਏ ਹਾਂ। ਸੁਬਹਾ ਇੱਥੇ ਯੂਨੀਵਰਸਿਟੀ ਬਾਬਾ ਫਰੀਦ ਯੂਨੀਵਰਸਿਟੀ ਦਾ ਨਰਸਿੰਗ ਦਾ ਇਗਜ਼ਾਮ ਸੀਗਾ, ਜਿਹੜਾ ਕਿ ਇਹਨਾਂ ਨੇ ਰਿਪੋਰਟਿੰਗ ਟਾਈਮ ਸਾਨੂੰ 8 ਵਜੇ ਦਾ ਦਿੱਤਾ ਸੀਗਾ, ਪਰ ਮਤਲਬ ਸਾਨੂੰ ਰਿਪੋਰਟਿੰਗ 8 ਵਜੇ ਅਸੀਂ ਕਰਨਾ ਸੀ। ਪੇਪਰ ਸਾਡਾ 9:30 ਵਜੇ ਸ਼ੁਰੂ ਸੀਗਾ, 9:30 ਵਜੇ ਸਾਨੂੰ ਉੱਥੇ ਉਹਨਾਂ ਨੇ ਕੰਪਿਊਟਰ 'ਤੇ ਬਿਠਾ ਤਾ, ਪਰ ਸਾਡਾ ਪੇਪਰ ਸਟਾਰਟ ਨਹੀਂ ਹੋਇਆ। ਕੁਛ ਕਲਾਸਾਂ ਦੇ ਵਿੱਚ ਪੇਪਰ ਸਵੇਰੇ ਹੀ ਸਟਾਰਟ ਹੋ ਗਿਆ, ਜਿਹੜਾ ਕਿ ਸ਼ੋਅ ਕਰ ਰਿਹਾ ਸੀ ਕੰਪਿਊਟਰ ਦੇ ਉੱਪਰ 21:22, ਯਾਨੀ ਕਿ ਸਾਨੂੰ ਕੁਸ਼ਚਨ ਪੇਪਰ 24 ਦਾ ਆਉਣਾ ਸੀ। ਕੁਛ ਕਲਾਸਾਂ ਦੇ ਵਿੱਚ ਪੇਪਰ ਸਟਾਰਟ ਹੋ ਗਿਆ, ਪਰ ਸਾਡਾ ਪੇਪਰ ਸਟਾਰਟ ਨਹੀਂ ਹੋਇਆ। ਅਸੀਂ ਰੌਲਾ ਪਾਇਆ ਤਾਂ ਸਾਨੂੰ 10:30 ਵਜੇ ਦਾ ਟਾਈਮ ਦੇਤਾ, 10:30 ਤੋਂ 11:20 ਦਾ ਟਾਈਮ ਦੇਤਾ। ਤੁਸੀਂ ਦੇਖੋ, ਅਸੀਂ ਸਵੇਰ ਦੇ 5 ਵਜੇ ਦੇ ਉੱਠ ਕੇ ਆਏ ਹੋਏ ਹਾਂ, ਬੱਚਿਆਂ ਨੂੰ ਛੱਡ ਕੇ ਆਏ ਹਾਂ, ਕਈ ਲੇਡੀਜ਼ ਪ੍ਰੈਗਨੈਂਟ ਆ, ਬੱਚੇ ਮਤਲਬ ਕਿੰਨੀ ਦੂਰੋਂ ਦੂਰੋਂ ਆਏ, ਪਰ ਸਾਡੇ ਨਾਲ ਯੂਨੀਵਰਸਿਟੀ ਨੇ ਬਹੁਤ ਧੱਕਾ ਕੀਤਾ। ਜੇ ਉਹਨਾਂ ਨੇ ਆਨਲਾਈਨ ਸਿਸਟਮ ਉਹਨਾਂ ਦਾ ਸੈੱਟ ਹੀ ਨਹੀਂ ਸੀ ਤਾਂ ਉਹਨਾਂ ਨੂੰ ਆਨਲਾਈਨ ਪੇਪਰ ਲੈਣਾ ਹੀ ਨਹੀਂ ਚਾਹੀਦਾ ਸੀ। ਇਹੀ ਗੱਲ ਅਸੀਂ ਇਹ ਅਸੀਂ 15-15 ਮਿੰਟ ਬਾਅਦ ਸਰ ਸਾਡਾ ਟਾਈਮ ਵਧਾ ਰਿਹਾ। ਅਸੀਂ ਯੂਨੀਵਰਸਿਟੀ ਵਾਲਿਆਂ ਨਾਲ ਗੱਲ ਕੀਤੀ ਪਰ ਉਹਨਾਂ ਨੇ ਕੋਈ ਗੱਲ ਦਾ ਜਵਾਬ ਨਹੀਂ ਦਿੱਤਾ। ਸਾਰੇ ਜਿਹੜੇ ਸਟੂਡੈਂਟ ਆ ਬਾਹਰ ਧਰਨੇ ਤੇ ਬੈਠੇ ਆ, ਕੋਈ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਕਿਸੇ ਦੀ? ਨਹੀਂ ਸਰ, ਉਹਨਾਂ ਨੇ ਇਹ ਕਿਹਾ ਵੀ ਸਾਡੇ ਅਸੀਂ ਯੂਨੀਵਰਸਿਟੀ ਵਾਲਿਆਂ ਨਾਲ ਗੱਲ ਕਰਦੇ ਪਏ ਆ ਪਰ ਉਹ ਸਾਡਾ ਫੋਨ ਨਹੀਂ ਚੱਕਦੇ ਪਏ। ਉਹਨਾਂ ਨੇ ਸਾਡੇ ਨਾਲ ਇੰਨੀ ਕੀ ਗੱਲ ਕਹੀ ਬਸ। ਸਾਡਾ ਸਟਾਫ ਨਰਸ ਦਾ ਸਰ ਪੇਪਰ ਸੀਗਾ ਅੱਜ, ਠੀਕ ਹੈ, ਸਾਡਾ 9:30 ਤੋਂ 12:30 ਦੀ ਟਾਈਮਿੰਗ ਸੀ, ਪਰ ਸਾਨੂੰ ਪ੍ਰੋਪਰ ਟਾਈਮਿੰਗ ਤੋਂ ਪਹਿਲਾਂ ਕਹਿੰਦੇ ਘੰਟਾ ਲੇਟ ਚੱਲੇਗਾ ਤੁਹਾਡਾ ਸਿਸਟਮ। ਪਹਿਲਾਂ ਤਾਂ ਬਾਇਓਮੈਟ੍ਰਿਕ ਹੀ ਨਹੀਂ ਹੋਈ, ਇਹਨਾਂ ਦਾ ਸਿਸਟਮ ਹੀ ਨਹੀਂ ਸੀ ਚੱਲ ਰਿਹਾ। ਜਦੋਂ ਅਸੀਂ 12:30 ਤੱਕ ਸਾਨੂੰ ਕਹਿੰਦੇ ਹੋਰ ਵੇਟ ਕਰ ਲਓ, ਪਹਿਲਾਂ ਅਸੀਂ ਦੇਖੋ 2-2 ਘੰਟੇ ਉਹ ਵੇਟ ਕਰੀਏ, ਉੱਪਰੋਂ ਫਿਰ ਕਹਿੰਦੇ ਉਹ ਵੀ ਨਹੀਂ ਚੱਲਦਾ। ਫਿਰ ਅੱਧੇ ਜਿਹੜੀ ਨੀਚਲੇ ਗਰਾਊਂਡ ਫਲੋਰ ਆ ਉਹਨਾਂ ਦਾ ਕਿਸੇ ਦੇ ਪੀਸੀ ਨਹੀਂ ਚੱਲ ਰਿਹਾ, ਜਿਹੜੇ ਸੈਕਿੰਡ ਫਲੋਰ ਆ ਉਹਨਾਂ ਦੇ ਅੱਧੇ ਬੱਚਿਆਂ ਦੇ ਚੱਲ ਰਹੇ ਆ। ਪੁਰਾਣਾ 2023 ਦਾ ਪ੍ਰਿੰਟ ਕਰਕੇ ਸਾਨੂੰ ਪੇਪਰ ਪਾਇਆ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਫਰੀਦਕੋਟ, ਉਹਨਾਂ ਨੂੰ ਅਸੀਂ ਮੇਲ ਕਰਨੀ ਆ, ਅਸੀਂ ਇਸ ਪੋਸਟ ਨੂੰ ਜਿਹੜਾ ਅੱਗੇ ਨਹੀਂ ਬਦਲ ਦੇਣਾ। ਸਾਡਾ ਪੇਪਰ ਆਏ, ਉਹਨਾਂ ਦੇ ਟੀਚਰ ਆਏ, ਕਹਿੰਦੇ ਅਸੀਂ ਤਾਂ ਜਾਣਦੇ ਹਾਂ ਤੁਹਾਡਾ ਪੇਪਰ ਕੈਂਸਲ ਆ, ਚਾਹੇ ਮੀਡੀਆ ਬੁਲਾ ਲਓ, ਚਾਹੇ ਪੁਲਿਸ ਨੂੰ ਬੁਲਾ ਲਓ, ਸਾਡੇ ਹੱਥ ਖੜੇ ਹੈਗੇ। ਇਹਨਾਂ ਨੇ ਕਿਹਾ ਸੀ 8 ਤੋਂ 9 ਵਜੇ ਗੇਟ ਕਲੋਜ਼ ਹੋ ਜਾਣਾ, ਬੱਚੇ 11:00-11:00 ਸਿਫਾਰਸ਼ ਵਾਲੇ ਬੱਚੇ ਅੰਦਰ ਆਈ ਜਾਂਦੇ, ਚੁੱਪ ਕਰਕੇ ਜਾਂਦੇ ਆ, ਪੇਪਰ ਕਰਦੇ ਆ। ਅਸੀਂ ਸੁਬਹਾ ਦੇ ਭੁੱਖੇ ਬੈਠੇ ਆ, 7 ਵਜੇ ਦੇ ਇੱਥੇ ਬੈਠੇ ਆ, ਸਹੀ ਟਾਈਮ ਤੇ ਆਏ ਆ, ਨਾ ਸਾਨੂੰ ਪਾਣੀ ਆ, ਨਾ ਇੱਥੇ ਕੁਛ ਵੀ ਨਹੀਂ ਖਾਣ ਨੂੰ, ਸਾਡੇ ਬੱਚੇ ਰੋਈ ਜਾਂਦੇ ਆ ਘਰੇ, ਅਸੀਂ ਕੀ ਕਰੀਏ, ਛੋਟੇ ਛੋਟੇ ਸਾਡੇ ਬੱਚੇ ਆ। ਮੁਸ਼ਕਿਲ ਸਰ, ਪਹਿਲਾਂ ਤਾਂ ਅਸੀਂ 1.5 ਘੰਟਾ ਵੇਟ ਕਰੀ ਗਏ ਉੱਥੇ ਬੈਠੇ, ਸਾਨੂੰ ਇਹ ਸੀ ਵੀ ਪੇਪਰ
ਦਾ ਟਾਈਮ ਸੀ 9:30 ਵਜੇ, ਪਰ 9:30 ਵਜੇ ਪੇਪਰ ਨਹੀਂ ਹੋਇਆ, ਪੇਪਰ ਸਟਾਰਟ ਹੋਇਆ 10:30 ਵਜੇ। 10:30 ਵਜੇ ਪੇਪਰ ਸਟਾਰਟ ਹੋਣ ਤੋਂ ਬਾਅਦ 15 ਮਿੰਟ ਫਿਰ ਇਹਨਾਂ ਨੇ ਦਿੱਤੇ ਸਾਨੂੰ, 15 ਮਿੰਟ ਕਹਿੰਦੇ ਪੇਪਰ ਨਹੀਂ ਹੋਣਾ। ਜਦੋਂ ਪੇਪਰ ਸਟਾਰਟ ਹੋਇਆ ਉਸ ਤੋਂ ਬਾਅਦ ਵਾਰ ਵਾਰ ਪੇਪਰ ਬੰਦ ਹੋ ਜਾਂਦਾ ਸੀ, ਅਤੇ ਸਾਡੇ ਨਾਲ ਦੇ ਗਰੁੱਪ ਵਾਲੇ ਉੱਠ ਕੇ ਬਾਹਰ ਧਰਨਾ ਲਾ ਲਿਆ, ਉਹ ਕਹਿੰਦੇ ਕਿਸੇ ਨੇ ਪੇਪਰ ਨਹੀਂ ਦਿੰਦਾ। ਹੁਣ ਆਈ ਥਿੰਕ ਪਤਾ ਨਹੀਂ ਕੀ ਹੋਇਆ, ਯੂਨੀਵਰਸਿਟੀ ਵੱਲੋਂ ਪੇਪਰ ਬੰਦ ਹੋਇਆ ਕਿ ਕਿਵੇਂ ਹੋਇਆ ਇਹ ਸਾਨੂੰ ਪਤਾ ਨਹੀਂ ਕੁਛ ਵੀ। ਪੇਪਰ ਹੁਣ ਨਹੀਂ ਹੋਇਆ ਕਿ ਨਹੀਂ ਹੋਇਆ? ਮੈਨੂੰ ਲੱਗਦਾ ਇੱਥੇ ਅਪਰੋਕਸੀਮੇਟਲੀ 1000 ਤੋਂ 1200 ਬੱਚਾ ਇੱਥੇ ਹੈਗਾ ਜਿਹੜਾ ਖੱਜਲ ਖਰਾਬ ਹੋਇਆ। ਪੇਪਰ ਹੋਇਆ ਕਿ ਨਹੀਂ ਹੋਇਆ? ਪੇਪਰ ਹੋਇਆ ਨਹੀਂ ਸਰ, ਅੱਧਾ ਹਾਫ। ਯੂਨੀਵਰਸਿਟੀ ਦੇ ਕੀ ਜਵਾਬ ਆਇਆ? ਯੂਨੀਵਰਸਿਟੀ ਨੇ ਅਫੀਸ਼ੀਅਲੀ ਕੱਢ ਦਿੱਤਾ ਸਾਨੂੰ, ਦੱਸਿਆ ਅਫੀਸ਼ੀਅਲੀ ਕੱਢਤਾ ਵੀ ਪੇਪਰ ਪੇਪਰ ਕੈਂਸਲ ਹੋ ਗਿਆ। ਤੁਸੀਂ ਆਪ ਦੇਖੋ ਇੰਨੀ ਭਗਾਈ ਕਰਕੇ ਆਏ ਆ, ਪੇਪਰ ਕੈਂਸਲ ਹੁੰਦਾ ਤੇ ਸਾਨੂੰ ਵੀ ਦੁੱਖ ਹੁੰਦਾ। ਪ੍ਰੋਬਲਮ ਸਰ, 9:30 ਦਾ ਟਾਈਮ ਸੀਗਾ, ਫਿਰ 10:30 ਦਾ ਕਰਤਾ, ਘੰਟਾ ਸੀ ਵੇਟ ਕੀਤੀ, 15 ਮਿੰਟ ਫਿਰ ਐਕਸਟੈਂਡ ਕਰਤਾ, ਫਿਰ ਜਦੋਂ ਟਾਈਮ 'ਤੇ ਪੇਪਰ 'ਤੇ ਕੁਛ ਵੀ ਨਹੀਂ ਆਇਆ ਪੀ ਸੀ 'ਤੇ, ਕੋਈ ਕੁਸ਼ਚਨ ਨਹੀਂ, ਕੋਈ ਕੁਛ ਨਹੀਂ। ਅਤੇ ਉਦੋਂ ਬਾਅਦ ਸਾਡੇ ਜਿਹੜਾ ਰੋਅ ਸੀ ਉੱਪਰਲੇ ਰੋਅ 'ਚ ਪੇਪਰ ਚੱਲ ਰਿਹਾ ਅਤੇ ਨੀਚੇ ਵਾਲੇ ਬੱਚੇ ਦਾ ਪੀ ਸੀ ਨਹੀਂ ਚੱਲਿਆ, ਕੁਛ ਵੀ ਨਹੀਂ ਚੱਲਿਆ। ਇਸ ਕਰਕੇ ਉੱਪਰ ਜਿਹੜੇ ਬੱਚੇ ਬੈਠੇ ਉਹਨਾਂ ਦਾ ਪੇਪਰ ਹੋ ਰਿਹਾ ਅਤੇ ਸਾਡਾ ਕਿਵੇਂ ਨਹੀਂ ਚੱਲਿਆ ਪੀ ਸੀ?